ਫਤਿਹ ਸਿੰਘ ਜੀ ਦਾ ਉਹ ਜਿਹੜਾ ਬਚਨ ਹੈ ਉਹ ਫਿਲਮ ਵਾਲਿਆਂ ਨੇ ਥੋੜ੍ਹਾ ਜਿਹਾ ਚਲੋ ਆਪਣੇ ਢੰਗ ਨਾਲ ਦੱਸਿਆ, ਪਰ ਜਿਵੇਂ ਅਸੀਂ ਮਹਾਂਪੁਰਸ਼ਾਂ ਤੋਂ ਸੁਣਿਆ ਵੀ ਇੱਕ ਵਾਰੀ ਮਹਾਰਾਜ ਦਸਮ ਪਾਤਸ਼ਾਹ ਜੀ ਕੇਸਗੜ੍ਹ ਸਾਹਿਬ ਦੀਵਾਨ ਸਜਾਇਆ ਅਤੇ 52 ਕਵੀ ਅਤੇ ਹੋਰ ਬੜੇ ਬੜੇ ਗੁਰੂ ਕੇ ਲਾਲ ਗੁਰਸਿੱਖ ਮਾਨ ਮਹਾਂਪੁਰਸ਼ ਗੁਣੀ ਗਿਆਨੀ ਬੈਠੇ ਸੀ, ਭਾਈ ਮਨੀ ਸਿੰਘ ਵਰਗੇ, ਭਾਈ ਦਇਆ ਸਿੰਘ ਵਰਗੇ, ਅਤੇ ਮਹਾਰਾਜ ਕਹਿੰਦੇ ਵੀ ਸਾਨੂੰ ਮਹਾਂਕਾਲ ਦਾ ਸਰੂਪ ਦਿਖਾਓ। ਆਖੋ ਸਤਨਾਮ ਸ੍ਰੀ। ਅਤੇ ਮਹਾਂਕਾਲ ਦਾ ਸਰੂਪ ਕਹਿੰਦੇ ਕਾਲ ਕੀ ਹੈ? ਕਾਲ ਨਾਮ ਟਾਈਮ ਦਾ ਹੈ, ਪਾਸਟ ਪ੍ਰੈਜੈਂਟ ਅਤੇ ਫਿਊਚਰ, ਵੀ ਭੂਤਕਾਲ ਵਰਤਮਾਨ ਅਤੇ ਭਵਿੱਖ, ਇਹਦੇ 'ਚ ਸਾਡੀ ਸੁਰਤ ਘੁੰਮਦੀ ਹੈ ਜਾਂ ਇਹ ਸਾਡੀ ਸੁਰਤ ਵਿੱਚ ਬੈਠੇ ਹੋਏ ਨੇ, ਵਾਸਤਵ ਵਿੱਚ ਹੈ ਨੇ ਕਿ ਨਹੀਂ ਹੈ ਇਹ ਤਾਂ ਪਤਾ ਨਹੀਂ। ਆਖੋ ਸ੍ਰੀ ਵਾਹਿਗੁਰੂ। ਕਿਉਂਕਿ ਜਿਹਨੂੰ ਆਪਾਂ ਵਰਤਮਾਨ ਕਹਿੰਦੇ ਹਾਂ ਉਹ ਵਰਤਮਾਨ ਵੀ ਜਦੋਂ ਆਪਾਂ ਵਾਹਵਾ ਬੋਲਾਂਗੇ ਅਤੇ ਰਾਰੇ 'ਤੇ ਜਾਵਾਂਗੇ, ਵਾਹਵਾ ਕੀ ਹੋ ਜਾਏਗਾ? ਉਹ ਭੂਤ ਹੋ ਜਾਏਗਾ। ਜਦੋਂ ਤੱਤੇ 'ਤੇ ਜਾਵਾਂਗੇ ਰਾਰਾ ਉਹ ਪਿਛਾਂ ਰਹਿ ਜਾਏਗਾ। ਇਸ ਕਰਕੇ ਮਨੁੱਖ ਦੀ ਕਲਪਨਾ ਦੇ ਵਿੱਚ ਤਿੰਨ ਨੇ, ਇਹਨੂੰ ਕਾਲ ਕਹਿੰਦੇ ਆ। ਕਾਲ ਪਾਏ ਬ੍ਰਹਮਾ ਬਪ ਤਰਾ, ਕਾਲ ਪਾਏ ਸ਼ਿਵਜੂ ਅਬ ਤਰਾ, ਕਾਲ ਪਾਏ ਕਰ ਸਗਲ ਕਾਲ ਕਾ ਤਮਾਸ਼ਾ। ਉਹ ਜਿਹੜਾ ਕਾਲ ਦਾ ਤਮਾਸ਼ਾ ਹੈ ਇਹ ਉਹ ਆਪਾਂ ਇਸ ਸੰਸਾਰ ਨੂੰ ਸਮਝ ਲਈਏ ਜੋ ਵੀ ਹੈ, ਕਹਿੰਦੇ ਇਹਨੂੰ ਵੀ ਕੋਈ ਖਾ ਜਾਂਦਾ ਜਿਹੜਾ ਟਾਈਮ ਨੂੰ ਵੀ ਖਾ ਜਾਵੇ, ਕਾਲ ਨੂੰ ਵੀ ਖਾ ਜਾਵੇ? ਕਹਿੰਦੇ ਹਾਂ, ਮਹਾਂਕਾਲ ਹੈ। ਆਹ ਜਿਹੜੇ ਆਪਾਂ ਟਾਈਮ ਬਣਾਇਆ ਹੋਇਆ ਨਾ ਘੜੀਆਂ ਦਾ, ਵੀ 24 ਘੰਟੇ ਜਾਂ ਮਹੀਨੇ ਦੇ 31 ਜਾਂ 30 ਦਿਨ ਅਤੇ 365 ਦਿਨਾਂ ਦਾ ਸਾਲ, ਆਪਣਾ ਹੀ ਸਿਸਟਮ ਹੈ ਨਾ ਇੱਕ ਟਾਈਮ ਦਾ ਬਣਿਆ ਆ। ਇਸ ਸੂਰਜ ਦੇ ਨੇੜੇ ਹੋਣ ਕਰਕੇ ਆਪਣੀ ਧਰਤੀ ਦਾ ਇਹ ਹੈ, ਆਪਣੀ ਧਰਤੀ ਦਾ ਇਹ ਸਾਲ ਹੈ ਜਾਂ ਇਹ ਦਿਨ ਹੈ। ਇਸ ਧਰਤੀ ਤੋਂ ਪਰੇ ਜਿਹੜੇ ਸੂਰਜ ਨੇ ਉਹ ਕਿੰਨੇ ਚੱਕਰ ਲਾਉਂਦੇ ਨੇ, ਉਹਨਾਂ ਦੇ ਆਲੇ ਦੁਆਲੇ ਚੱਕਰ ਲਾਉਣ ਵਾਲਿਆਂ ਦਾ ਸਾਲ ਕਿੱਡਾ ਹੋਵੇਗਾ, ਇਹ ਤੁਸੀਂ ਦੱਸੋ ਆਪਣੇ ਨਾਲ ਮੇਚ ਕਹਿੰਦਾ ਨਹੀਂ ਨਾ। ਇਸ ਕਰਕੇ ਇਹ ਕਾਲ ਸਾਡੀ ਕਲਪਨਾ ਵਿੱਚ ਹੈ, ਜਿਹੜਾ ਇਸ ਨੂੰ ਵੀ ਖਾ ਜਾਂਦਾ, ਕਲਪਨਾ ਨੂੰ ਵੀ ਖਤਮ ਕਰ ਦਿੰਦਾ, ਉਹ ਮਹਾਂਕਾਲ ਹੈ। ਉਹ ਸਰੂਪ ਪਰਮੇਸ਼ਰ ਦਾ ਸਾਨੂੰ ਦਿਖਾਓ, ਇਹ ਕਿਸ ਨੇ ਕਿਹਾ? ਦਸਵੇਂ ਪਾਤਸ਼ਾਹ ਨੇ। ਭਾਈ ਬੜੇ ਬੜੇ ਸਿਆਣੇ ਵਿਦਵਾਨ ਬੈਠੇ ਸੀ, ਸਾਹਿਬਜ਼ਾਦੇ ਉੱਠੇ, ਸਾਹਿਬਜ਼ਾਦਿਆਂ ਵੱਲ ਖਾਸ ਇਸ਼ਾਰਾ ਸੀ ਤੁਸੀਂ ਦਿਖਾਓ, ਕਿਉਂਕਿ ਇਹ ਚਾਰੇ ਹੀ ਅਵਤਾਰੀ ਸਨ। ਆਖੋ ਸਤਨਾਮ ਸ੍ਰੀ। ਇਹ ਕੋਈ ਛੋਟੀਆਂ ਮੋਟੀਆਂ ਹਸਤੀਆਂ ਨਹੀਂ ਸਨ, ਚਾਰੇ ਹੀ ਅਕਾਲ ਪੁਰਖ ਦੀਆਂ ਅਕਾਲੀ ਸ਼ਕਤੀਆਂ ਸਨ। ਉਹ ਕਹਿੰਦੇ ਉੱਠ ਕੇ, ਜਿੱਥੇ ਅੱਜ ਕੱਲ੍ਹ ਦੁਮਾਲਗੜ੍ਹ ਸਾਹਿਬ ਹੈ ਨਾ, ਇੱਥੇ ਪਹਿਲਾਂ ਇੱਕ ਪੁਰਾਣਾ ਬੁੰਗਾ ਹੁੰਦਾ ਸੀ, ਉਹਨੂੰ ਵੀ ਦੁਮਾਲਗੜ੍ਹ ਹੀ ਕਹਿੰਦੇ ਸੀ। ਪੁਰਾਣੀਆਂ ਫੋਟੋਆਂ ਵਿੱਚ ਵੀ ਸ਼ਾਇਦ 100 ਸਾਲ ਪਹਿਲੀ ਕੈਮਰੇ ਦੀ ਫੋਟੋ ਵੀ ਇੱਕ ਦੇਖੀ ਸੀ ਮੈਂ, ਪੱਥਰ ਦੇ ਛੋਟੀ ਇੱਟਾਂ ਦਾ ਬਣਿਆ ਹੋਇਆ ਸੀ ਕਮਰਾ, ਉਹ ਮਹਾਰਾਜ ਦੇ ਟਾਈਮ ਵੀ ਬਣਿਆ ਹੋਇਆ ਸੀ ਦੁਮਾਲਗੜ੍ਹ ਨੂੰ। ਉਹਦੇ ਵਿੱਚ ਜਾ ਕੇ ਬਾਬਾ ਫਤਿਹ ਸਿੰਘ ਜੀ ਅੰਦਰ ਕੁੰਡੀ ਲਾ ਲਈ ਅਤੇ ਉਹਨਾਂ ਦੇ ਸੇਵਾਦਾਰ ਸੀ ਬਾਬਾ ਜਥੇ ਸਿੰਘ ਜੀ, ਅਤੇ ਚਾਰਾਂ ਸਾਹਿਬਜ਼ਾਦਿਆਂ ਦੇ ਚਾਰੇ ਹੀ ਸੇਵਾਦਾਰ ਸੀ, ਗੜਬਈ ਸੀਗੇ। ਜਿਵੇਂ ਬਾਬਾ ਅਜੀਤ ਸਿੰਘ ਦਾ ਗੜਬਈ ਸੀ ਬਾਬਾ ਗਜਗਾਹ ਸਿੰਘ, ਹਜ਼ੂਰ ਸਾਹਿਬ ਦਾ ਗਜਗਾਹ ਪਿਆ ਹੁਣ ਵੀ, ਉਹ ਸਾਹਮਣੇ ਅਰਦਾਸ ਵੇਲੇ ਖੜ੍ਹਾ ਕਰ ਦਿੰਦੇ, ਅਸ਼ਟਪੂਜੀ ਵੀ ਕਹਿੰਦੇ ਉਹਨੂੰ। ਬਾਬਾ ਗਜਗਾਹ ਸਿੰਘ 'ਚ ਇਸ ਤਰ੍ਹਾਂ ਛੋਟਿਆਂ ਦਾ ਜਿਹੜਾ ਜਥੇਦਾਰ ਬਾਬਾ ਜਥੇ ਸਿੰਘ ਉਹਦਾ ਨਾਮ ਸੀ। ਕਦੀ ਬਾਬੇ ਟੱਲ ਸਾਹਿਬ ਤੁਸੀਂ ਜਾਓ ਨਾ, ਦੂਸਰੀ ਮੰਜ਼ਿਲ ਦੇ ਉਤਲੇ 'ਤੇ ਚਾਰਾਂ ਸਾਹਿਬਜ਼ਾਦਿਆਂ ਦੇ ਗੜਵਈਆਂ ਸਮੇਤ ਫੋਟੋਆਂ ਬਣੀਆਂ ਹੋਈਆਂ ਪੁਰਾਣੀਆਂ। ਹੁਣ ਤਾਂ ਉਹ ਪਤਾ ਨਹੀਂ 5-4 ਸਾਲ ਤੋਂ ਪਤਾ ਨਹੀਂ ਸਫਾ ਨਾ ਕਰਤੀਆਂ ਹੁਣ ਹੈਗੀਆਂ। ਅਸੀਂ ਦਰਸ਼ਨ ਕੀਤੇ ਹੈ ਚਾਰਾਂ ਸਾਹਿਬਜ਼ਾਦਿਆਂ ਦੀਆਂ ਫੋਟੋਆਂ ਅਤੇ ਨਾਲ ਉਹਨਾਂ ਦੇ ਗੜਵਈਆਂ ਦੀਆਂ ਫੋਟੋਆਂ। ਉਹ ਜਿਹੜੇ ਬਾਬਾ ਜੀ ਸੀ, ਬਾਬਾ ਜਥੇ ਸਿੰਘ ਜੀ, ਉਹ ਨਾਲ ਅੰਦਰ ਕਮਰੇ ਦੇ ਚਲੇ ਗਏ। ਅੰਦਰ ਜਾ ਕੇ ਬਾਬਾ ਜੀ ਨੇ ਕੁੰਡੀ ਲਾ ਲਈ ਅਤੇ ਹੁਣ ਬਹੁਤ ਛੋਟੀ ਉਮਰ ਸੀ
ਤੇ ਅਕਾਲ ਪੱਲਾ ਪਾ ਲਿਆ ਤੇ ਅਕਾਲ ਪੁਰਖ ਦੇ ਚਰਨਾਂ 'ਚ ਅਰਦਾਸ ਕਰਦੇ ਕਿ ਅਕਾਲ ਪੁਰਖ ਵਾਹਿਗੁਰੂ ਹੇ ਪਰਮੇਸ਼ਰ ਮਹਾਂਕਾਲ ਤਾਂ ਤੁਸੀਂ ਆਪ ਹੋ, ਪਿਤਾ ਜੀ ਕਹਿੰਦੇ ਸਰੂਪ ਦਿਖਾਓ, ਹੁਣ ਅਸੀਂ ਕਿਵੇਂ ਦਿਖਾਈਏ? ਆਖੋ ਸਤਨਾਮ ਸ੍ਰੀ ਮਹਾਂਕਾਲ ਦਾ ਸਰੂਪ ਤਾਂ ਮਹਾਰਾਜ ਪਰਮੇਸ਼ਰ ਹੀ ਹੈ ਨਾ, ਹੋਰ ਕੌਣ ਹੈ? ਸੋ ਆਪ ਕਿਰਪਾ ਕਰਕੇ ਸਾਨੂੰ ਪਿਤਾ ਜੀ ਨੂੰ ਸਰੂਪ ਦਿਖਾਉਣ ਦੀ ਬਲ ਬੁੱਧੀ ਬਖਸ਼ੋ। ਤਾਂ ਉਸ ਵੇਲੇ ਫਿਰ ਅਕਾਲ ਪੁਰਖ ਜੀ ਨਿਰਗੁਣ ਤੋਂ ਸਰਗੁਣ ਹੋ ਕੇ ਬਾਬਾ ਜੀ ਫਤਿਹ ਸਿੰਘ ਜੀ ਨੂੰ ਆ ਕੇ ਨੀਲਾ ਬਾਣਾ, ਉੱਚਾ ਦੁਮਾਲਾ, ਫਰਲੇ ਵਾਲਾ ਸਜਾ ਕੇ, ਮੱਥੇ 'ਤੇ ਖੰਡਾ, ਸ਼ਸਤਰ ਬਸਤਰ ਸਜਾ ਕੇ, ਖੰਡਾ ਇੱਕ ਅੱਜ ਵੀ ਉਹ ਬੁੱਢੇ ਦਲ ਵਿੱਚ ਹੈ, ਫੁਲਾਦੀ ਖੰਡਾ, ਐਡਾ ਸਾਰਾ ਸੁਨਹਿਰੀ ਮੁੱਠਾ ਹੈ, ਫੁਲਾਦ ਦਾ ਖੰਡਾ ਬਾਬਾ ਫਤਿਹ ਸਿੰਘ ਜੀ ਦਾ, ਅਸੀਂ ਛੋਟੇ ਹੁੰਦੇ ਦਰਸ਼ਨ ਕਰਦੇ ਸੀ ਖਜ਼ਾਨੇ ਵਿੱਚ। ਉਹ ਇੱਦਾਂ ਮੋਢੇ ਰੱਖ ਲਿਆ, ਇੱਕ ਤਾਂ ਸੋਟਾ ਰੱਖ ਲਿਆ, ਅਤੇ ਅਕਾਲ ਹੀ ਅਕਾਲ ਗਜਾਉਂਦੇ ਹੋਏ ਨਾ ਬਾਬਾ ਫਤਿਹ ਸਿੰਘ ਜੀ ਉੱਥੋਂ ਦੁਮਾਲਗੜ੍ਹ ਸਾਹਿਬ ਤੋਂ ਬਾਹਰ ਨਿਕਲੇ, ਸ਼੍ਰੀ ਕੇਸਗੜ੍ਹ ਸਾਹਿਬ ਪਹੁੰਚੇ ਤਾਂ ਉੱਥੇ ਮਹਾਰਾਜ ਦਸਮ ਪਾਤਸ਼ਾਹ ਉੱਠ ਕੇ ਖੜ੍ਹੇ ਹੋ ਗਏ ਅਤੇ ਕਹਿੰਦੇ ਉਸ ਵੇਲੇ ਫਿਰ ਬਚਨ ਜਿਹੜਾ ਉਚਾਰਿਆ ਮਹਾਰਾਜ ਦਸਮ ਪਾਤਸ਼ਾਹ ਜੀ ਨੇ ਉਹ ਇਹ ਸੀ, ਗੁਰੂ ਜੀ ਨੇ ਫਤਿਹ ਸਿੰਘ ਜੀ ਕੋ ਬੁਲਾਇਆ, ਚਲੇ ਗੋ ਤੋਰ ਜੈਸਾ ਪੰਥ ਐਸਾ ਮੁੱਖ ਸੇ ਅਲਾਇਆ। ਉਹ ਬਾਬਾ ਫਤਿਹ ਸਿੰਘ ਸਾਹਿਬ ਜੀ ਨੂੰ ਇਹ ਬਖਸ਼ਿਸ਼ ਕੀਤੀ। ਥੋੜ੍ਹੇ ਦਿਨਾਂ ਬਾਅਦ ਪਹਾੜੀ ਰਾਜਿਆਂ ਨਾਲ ਜੰਗ ਹੋਇਆ ਸ੍ਰੀ ਅਨੰਦਪੁਰ ਸਾਹਿਬ, ਉਹਦੇ ਵਿੱਚ 1,57,000 ਫੌਜ ਲੈ ਕੇ ਰਾਜਾ ਭੀਮ ਚੰਦ ਅਤੇ ਬਾਕੀ ਰਾਜੇ ਮਸਤ ਹਾਥੀ ਨੂੰ ਸ਼ਰਾਬ ਪਿਆ ਕੇ ਅਤੇ ਕਿਲ੍ਹਾ ਤੋੜਨ ਲਈ ਆ ਗਏ। ਜਦੋਂ ਕਿਲ੍ਹਾ ਤੋੜਨ ਲਈ ਆ ਗਏ ਅਤੇ ਉਸ ਵੇਲੇ ਸਤਿਗੁਰੂ ਜੀ ਦੇ ਜਰਨੈਲ ਬਾਬਾ ਉਦੇ ਸਿੰਘ ਜੀ ਨੇ ਕੇਸਰੀ ਚੰਦ ਦਾ ਸਿਰ ਵੱਢਿਆ ਅਤੇ ਬਾਬਾ ਬਚਿੱਤਰ ਸਿੰਘ ਨੇ ਹਾਥੀ ਦਾ ਮੱਥਾ ਪਾੜਿਆ, ਇਹ ਆਪਾਂ ਸਾਰੇ ਜਾਣਦੇ ਹਾਂ। ਉਸੇ ਦਿਨ ਹੀ ਇੱਕ ਹੋਰ ਵੱਡਾ ਦੁਸ਼ਟ ਜਮਤੁੱਲਾ ਭਾਊ, ਉਹ ਰੰਗੜ ਸੀਗਾ, ਉਹ ਵੀ ਜਿੱਥੇ ਮਾਤਾ ਜੀ ਦਾ ਸਥਾਨ ਹੈ ਨਾ ਅਗੰਮਗੜ੍ਹ, ਉੱਥੇ ਲੜਾਈ ਦੇ ਵਿੱਚ ਸਿੰਘਾਂ ਹੱਥੋਂ ਮਾਰਿਆ ਗਿਆ। ਉਸੇ ਸਮੇਂ ਹੀ ਬਾਬਾ ਮਾਨ ਸਿੰਘ ਜੀ ਨਿਸ਼ਾਨ ਜੀ ਦੇ ਹੱਥ 'ਚੋਂ ਨਿਸ਼ਾਨ ਸਾਹਿਬ ਡਿੱਗਾ ਜਾਂ ਕੱਟਿਆ ਗਿਆ, ਨਿਸ਼ਾਨ ਸਲਾਮੀ ਦੇ ਗਿਆ। ਤਾਂ ਉਹਦੀ ਖਬਰ ਦਸਵੇਂ ਪਾਤਸ਼ਾਹ ਨੂੰ ਜਦੋਂ ਭੇਜੀ ਤਾਂ ਦਸਵੇਂ ਪਾਤਸ਼ਾਹ ਮਹਾਰਾਜ ਕਲਗੀਧਰ ਜੋ ਬਚਨ ਕਹੇ ਉਹ ਕਵੀ ਟਹਿਕਣ ਜੀ ਨੇ ਲਿਖੇ ਹਨ 52 ਕਵੀਆਂ ਵਿੱਚ। ਉਹ ਕਹਿੰਦੇ ਸ੍ਰੀ ਕਲਗੀਧਰ ਸੁਨਤ ਬਖਾਨੀ, ਨੀਕੀ ਬਾਤ ਖਟਾਈ, ਅਬ ਨਿਸ਼ਾਨ ਬਣਾਵੋ ਐਸਾ ਜੋ ਕਬ ਟੁੱਟੇ ਨਾਹੀਂ। ਕਹਿੰਦੇ ਹੁਣ ਇਹੋ ਜਿਹਾ ਨਿਸ਼ਾਨ ਬਣਾਵਾਂਗੇ ਜਾਂ ਟੁੱਟੇਗਾ ਨਹੀਂ। ਏਕ ਸਿੰਘ ਕੇ ਕਰ ਮੈਂ ਚੂਲਾ ਕਰ ਮੈਂ ਹੱਥ, ਏਕ ਸਿੰਘ ਦੇ ਹੱਥ ਵਿੱਚ ਹੁੰਦਾ ਜੰਗ ਦੇ ਵਿੱਚ, ਅੱਗੇ ਅੱਗੇ ਨਿਸ਼ਾਨ 'ਚ ਸਿੰਘ ਜਾਂਦਾ ਲੈ ਕੇ, ਪਿੱਛੇ ਫੌਜਾਂ ਲੜਦੀਆਂ ਨੇ। ਕਹਿੰਦੇ ਏਕ ਸਿੰਘ ਕੇ ਕਰ ਮੈਂ ਚੂਲਾ, ਏਕ ਸੀਸ ਲਹਿਰਾਵੈ, ਇੱਕ ਸਿਰ ਦੇ ਵਿੱਚੋਂ ਕੱਢ ਦਿਆਂਗੇ। ਉਹ ਜਦੋਂ ਕੋਈ ਲੜਾਈ ਕਰਨ ਵੇਲੇ ਬੰਦੂਕ ਚਲਾਉਣੀ ਪਵੇ ਜਾਂ ਕੋਈ ਹੋਰ, ਉਹ ਬੰਦੂਕ ਵੀ ਫੜੇ ਜਾਂ ਨਿਸ਼ਾਨ ਫੜੇ, ਇਸ ਕਰਕੇ ਸਿਰ 'ਤੇ ਨਿਸ਼ਾਨ ਹੋਵੇਗਾ, ਉਹ ਬੰਦੂਕ ਵੀ ਚਲਾ ਸਕੇਗਾ, ਉਹ ਤੀਰ ਵੀ ਚਲਾ ਸਕੇਗਾ, ਉਹ ਜੋ ਵੀ ਸ਼ਸਤਰ ਚਲਾਉਣਾ ਚਲਾ ਸਕੇਗਾ। ਐਸਾ ਉਦੋਂ ਮਹਾਰਾਜ ਨੇ ਇਹ ਬਾਬਾ ਫਤਿਹ ਸਿੰਘ ਜੀ ਲੈ ਕੇ ਆਏ ਅਤੇ ਆਪਣੇ ਨਿਸ਼ਾਨ 'ਚ ਸਿੰਘਾਂ ਨੂੰ ਪੰਜਾਂ ਨੂੰ ਫਿਰ ਮਹਾਰਾਜ ਨੇ ਦਿੱਤਾ ਨਿਸ਼ਾਨ ਫਰਲਾ। ਇਹ ਮਰਿਆਦਾ ਉਦੋਂ ਦੀ ਚੱਲੀ, ਇਸ ਕਰਕੇ ਬਾਬਾ ਫਤਿਹ ਸਿੰਘ ਜੀ ਨਿਹੰਗ ਸਿੰਘਾਂ ਦਾ ਮੋਢੀ ਵੀ ਮੰਨਦੇ ਆ। ਮਹਾਰਾਜ ਨੇ ਕਿਹਾ ਚਲੇ ਗੋ ਤੋਰ ਜੈਸਾ ਪੰਥ ਐਸਾ ਮੁੱਖ ਸੇ ਅਲਾਇਆ, ਹਮ ਅਕਾਲੀ ਸਭ ਕੇ ਵਾਲੀ, ਹਮਰਾ ਪੰਥ ਨਿਆਰਾ ਹੈ, ਦੀਨ ਮਜ਼ਹਬ ਕਾ ਜੁੱਧ ਜੋ ਕੀਨਾ ਖੰਡਾ ਫੜਿਆ ਦੁਤਾਰਾ ਹੈ। ਇਹ ਮਹਾਰਾਜ ਬਾਬਾ ਫਤਿਹ ਸਿੰਘ ਜੀ ਨੂੰ ਮਹਾਰਾਜ ਦਸਮ ਪਾਤਸ਼ਾਹ ਨੇ ਬਚਨ ਕਹੇ।